ਅਰਦਾਸ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਕਰਾਂਗੇ ਸੋ ਫਰਸਟ ਵੀ ਆਰ ਗੋਇੰਗ ਟੂ ਡੂ ਅ ਕੁਇਕ ਪ੍ਰੇਅਰ ਇਨ ਦ ਬਿਗਿਨਿੰਗ ਐਂਡ ਵੀ ਵਿਲ ਪ੍ਰੋਸੀਡ ਵਿਦ ਦ ਪ੍ਰੋਗਰਾਮ ਆਫ ਪੰਜਾਬ ਕੁਝ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਦੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸ਼੍ਰੀ ਕਿਹਾ ਗੁਰੂ ਨਾਨਕ ਦੇਵ ਜੀ ਆਏ ਤਰੰਗ ਜੁੱਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅੱਜ ਹਰਗੋਬਿੰਦ ਨੌਂ ਸਿੰਘ ਸ੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਜੀ ਕੀ ਆਈ ਇੱਥੇ ਸਭ ਤੋਂ ਜਾਏ ਤੀ ਮਹਾਂਵਿਸ਼ਵਾਏ ਸਭ ਸਾਈ ਹਾਂ ਜੀ ਸਾਹਿਬ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਲੀ ਸਭ ਸਾਈ ਹਾਂ ਜੀ ਸਹਾਇ ਦਸਵੇਂ ਪਾਤਸ਼ਾਹ ਇਸ ਗੁਰੂ ਜੰਗ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇਰਾ ਦਸਵਾਂ ਦਰਬਾਰ ਦਾ ਧਿਆਨ ਰੱਖਾ ਸਾਹਿਬ ਬੋਲੋ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸ਼੍ਰੀ ਰਾਮ ਰੀਜਾ ਹੱਥੀਆਂ ਲੱਗੀਆਂ ਸਕਿਆ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਸੱਜਿਆ ਰੀ ਚਲਾਈ ਤੇ ਗਵਾਈ ਦੇਖ ਕੇ ਅੱਜ ਕੀਤਾ ਤੇਰਾ ਪਿਆਰਾ ਸੱਚਿਆਂ ਦੀ ਕਮਾਈ ਵੱਲ ਧਿਆਨ ਰੱਖਾ ਸਾਹਿਬ ਬੋਲੋ ਜੀ ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਤੇ ਬੰਦ ਬੰਦ ਕਟਵਾਏ ਤਰਕੇ ਤੇ ਚੜੇ ਆ ਰਿਹਾ ਲਾਲ ਚੜਾਏ ਗਏ ਕੁਰਬਾਨੇ ਕੀਤੀਆਂ ਧਰਮ ਲਈ ਆ ਰਿਹਾ ਸਿੱਖੀ ਕੇਸਾ ਸਵਾਸਾ ਸਿੰਘੀ ਤੇਰਾ ਸਿੰਘਾਂ ਸਿੰਘਣੀਆਂ ਧਈਆਂ ਦੀ ਕਮਾਈ ਵੱਲ ਧਿਆਨ ਰੱਖਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਿੰਘ ਗੁਰਦੁਆਰਿਆਂ ਦਾ ਧਿਆਨ ਰੱਖਾ ਸਾਹਿਬ ਬੋਲੋ ਜੀ ਪ੍ਰਥਮੇ ਸਤਿਖਾਲਸਾ ਜੀ ਕੀ ਅਰਦਾਸ ਹੈ ਸਤਿਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੈ ਚੇਤਾਵਣ ਕਾ ਸਤਿਕਾਰ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਏ ਦੇਹ ਦੇ ਫਤਿਹ ਵਿੱਚ ਕੀਤਾ ਜੀ ਰਹੇ ਪੰਜ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਾ ਜੀ ਸ੍ਰੀ ਵਾਹਿਗੁਰੂ ਹਾਂ ਜੀ ਨੇ ਸਿੱਖਾਂ ਦਾ ਮਾਲੀ ਵਾ ਮੱਤ ਉੱਚੀ ਮੱਤ ਸਤਿਕਾਰ ਸਾਹਿਬ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਜਾਣ ਕੇ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸਿੰਘ ਅੰਮ੍ਰਿਤਸਰ ਜੀ ਦੇ ਦਸਵੇਂ ਸਰਾਲ ਚੌਂਕੀਆਂ ਝੰਡੇ ਬੰਦੇ ਜਿਗਰ ਜੋਗਾ ਟਲ ਧਰਮ ਕਾ ਜੈਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਅਕਾਲ ਪੁਰਖ ਆਪਣੇ ਪਾਸੇ ਸਦਾ ਸਹਾਇ ਦਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਤਾਂ ਹੁਣ ਗੁਰਦੁਆਰੇ ਗੁਰਧਾਮ ਲੂਣ ਸ਼ਾਂਤੀ ਬਖਸ਼ੀ ਮਾਰਾ ਚੜ੍ਹਦੀ ਕਲਾ ਵਸਤ ਪਰਿਵਾਰ ਤੋਂ ਭਾਰਾ ਅਮਲ ਦਾ ਪ੍ਰਭ ਸਕੀਨ ਬਚੇ ਸਿੱਖ ਕੌਮ ਨੂੰ ਸੱਚੇ ਪਾਤਸ਼ਾਹ ਇਹ ਦੁੱਖ ਦੀ ਘੜੀ ਸੁੱਖ ਦੁੱਖ ਦੀ ਘੜੀ ਸੱਚੇ ਸ਼ਾਮਿਲ ਹੋਣ ਦਾ ਪਰਮੇਸ਼ਰ ਮਹਾਰਾਜ ਜੀ ਆਪ ਦੱਤੇ ਜੋ ਜੀ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਲਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਆਪਣੀਆਂ ਸ਼ਰਧਾਂਜਲੀਆਂ ਭੇਟ ਕਰਨ ਵਾਸਤੇ ਬਹੁਤ ਵਧੀਆ ਲੱਗ ਰਿਹਾ ਵੀ ਸਾਰੇ ਅੱਜ ਇਕੱਠੇ ਹੋਏ ਆ ਪਰ ਜਿਸ ਵਜ੍ਹਾ ਲਈ ਅਸੀਂ ਇਕੱਠੇ ਹੋਏ ਹਾਂ ਉਹਦੇ ਬਾਰੇ ਸੋਚ ਕੇ ਮਨ ਕਾਫੀ ਦੁਖੀ ਹੁੰਦਾ ਆ ਸਾਡੀ ਕਮਿਊਨਿਟੀ ਨੂੰ ਬਹੁਤ ਬੜੀ ਘਾਟ ਹੋਈ ਆ ਪਿਛਲੇ ਹਫ਼ਤੇ ਸੰਦੀਪ ਸਿੰਘ ਧਾਲੀਵਾਲ ਆਪਣੀ ਡਿਊਟੀ 'ਤੇ ਪੂਰੇ ਹੋ ਗਏ ਸੀ ਅਤੇ ਇਸ ਕਰਕੇ ਬਹੁਤ ਦੁੱਖ ਦੀ ਗੱਲ ਅਸੀਂ ਇਕੱਠੇ ਹੋਏ ਹਾਂ ਪਰ ਅਸੀਂ ਅੱਜ ਰਾਤ ਅੱਜ ਸ਼ਾਮ ਸਾਡੇ ਵਾਸਤੇ ਨਹੀਂ ਹੈਗੀ ਅੱਜ ਸ਼ਾਮ ਉਹਨਾਂ ਦੀ ਯਾਦ ਦੇ ਵਿੱਚ ਆ ਅੱਜ ਸ਼ਾਮ ਉਹਨਾਂ ਨੂੰ ਉਹਨਾਂ ਬਾਰੇ ਅਸੀਂ ਸਿੱਖੀਏ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀ ਆਤਮਾ ਵਾਸਤੇ ਅਰਦਾਸ ਕਰੀਏ ਅਤੇ ਉਹਨਾਂ ਦੇ ਪਰਿਵਾਰ ਵਾਸਤੇ ਅਰਦਾਸ ਕਰੀਏ ਸੋ ਆਈ ਵਾਂਟ ਟੂ ਥੈਂਕ ਐਵਰੀਵਨ ਫੋਰ ਕਮਿੰਗ ਹੇਅਰ ਟੂਡੇ ਟੂ ਪੇ ਯੋਰ ਰਿਸਪੈਕਟਸ ਟੂ ਸੰਦੀਪ ਸਿੰਘ ਧਾਲੀਵਾਲ ਇਟਸ ਗ੍ਰੇਟ ਇਟਸ ਬਿਊਟੀਫੁਲ ਟੂ ਸੀ ਦ ਕਮਿਊਨਿਟੀ ਕਮਿੰਗ ਟੁਗੈਦਰ ਦ ਇੰਟਾਇਰ ਯੂਬਾ ਸਿਟੀ ਕਮਿਊਨਿਟੀ ਬਟ ਇਟ ਬ੍ਰਿੰਗਸ ਮੀ ਅ ਲੋਟ ਆਫ ਪੇਨ ਫੋਰ ਦ ਰੀਜ਼ਨ ਵਿਚ ਵੀ ਆਰ ਗੈਦਰਡ ਹੇਅਰ ਟੂਡੇ ਆਫਿਸਰ sorry deputy Sandeep Singh Dhaliwal was shot on duty last week and because of that our community has lost a true gem but tonight isn't about us tonight is about Sandeep Singh Dhaliwal it's about us remembering him learning about his life and legacy it's about doing prayer for his spirit and his family as well
ਸੋ ਅੱਜ ਦਾ ਪ੍ਰੋਗਰਾਮ ਕਾਫੀ ਸਿੰਪਲ ਹੈਗਾ। ਪਹਿਲਾਂ ਅਸੀਂ ਉਹਨਾਂ ਦੀ ਲਾਈਫ ਬਾਰੇ ਸਿੱਖਾਂਗੇ, ਉਹਨਾਂ ਤੋਂ ਜਿਹੜੇ ਜਾਣਦੇ ਸੀਗੇ, ਜਿਨ੍ਹਾਂ ਨੇ ਉਹਨਾਂ ਨਾਲ ਟਾਈਮ ਸਪੈਂਡ ਕੀਤਾ। ਉਸ ਤੋਂ ਬਾਅਦ ਯੂਥ ਨੌਜਵਾਨਾਂ ਨੂੰ ਮੌਕਾ ਦਿਆ ਗਿਆ ਹੈ, ਉਹਨਾਂ ਨੂੰ ਵੀ ਉਹਨਾਂ ਦੇ ਖਿਆਲ ਅਸੀਂ ਸੁਣ ਲਿਆ। ਕਈ ਵਾਰ ਕਮਿਊਨਿਟੀ ਇਕੱਠੀ ਹੁੰਦੀ ਆ, ਅਸੀਂ ਕਦੇ ਨੌਜਵਾਨ ਯੂਥ ਦੀ ਆਵਾਜ਼ ਨਹੀਂ ਸੁਣਦੇ, ਪਰ ਉਹਨਾਂ ਦੇ ਵੀ ਬਹੁਤ ਵਧੀਆ ਖਿਆਲ, ਉਹਨਾਂ ਦੇ ਵਿਚਾਰ ਵੀ ਬਹੁਤ ਵਧੀਆ ਹਨ। ਸੋ ਅੱਜ ਅਸੀਂ ਸੁਣੀਏ ਵੀ ਉਹ ਕਿਸ ਤਰ੍ਹਾਂ ਇਫੈਕਟ ਹੋਏ ਆ। ਉਸ ਤੋਂ ਬਾਅਦ ਅਸੀਂ ਸਾਡੇ ਨਾਲ ਅਫਸਰ ਵੀ ਜੁੜੇ ਹਨ, ਉਹਨਾਂ ਤੋਂ ਸੁਣਾਂਗੇ। ਫਿਰ ਕਮਿਊਨਿਟੀ ਮੈਂਬਰ ਜਿਨ੍ਹਾਂ ਨੇ ਵੀ ਕੁਛ ਵੀ ਆਪਣੇ ਖਿਆਲ ਸਾਂਝੇ ਕਰਨੇ, ਦੁੱਖ ਸਾਂਝਾ ਕਰਨਾ ਹੋਵੇ, ਤੁਸੀਂ ਵੀ ਸਾਰਿਆਂ ਨਾਲ ਸਾਂਝਾ ਕਰ ਸਕਦੇ ਹੋ। ਅਤੇ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਵੀ ਸ਼ੁਰੂਆਤ 'ਤੇ ਸਾਰੇ ਆਪਣੇ ਫੋਨ ਸਾਈਲੈਂਟ 'ਤੇ ਕਰ ਲਓ, ਜਾਂ ਔਫ ਕਰ ਲਓ, ਜਾਂ ਸਾਈਲੈਂਟ ਕਰੋ। ਸੋ ਸਪੀਕਰਸ ਤੋਂ ਬਾਅਦ ਅਸੀਂ ਆਪਣਾ ਕੈਂਡਲਲਾਈਟ ਵਿਜਿਲ ਕਰਾਂਗੇ, ਅਤੇ ਉਸ ਤੋਂ ਬਾਅਦ ਅਸੀਂ ਅੰਤਮ ਦੀ ਅਰਦਾਸ ਕਰਾਂਗੇ। ਸੋ ਦ ਪ੍ਰੋਗਰਾਮ ਫੋਰ ਟੂਡੇ, ਫਸਟ ਵੀ ਵਿਲ ਲਰਨ ਅਬਾਊਟ ਦ ਲਾਈਫ ਐਂਡ ਲੈਗੇਸੀ ਆਫ ਸੰਦੀਪ ਸਿੰਘ ਧਾਲੀਵਾਲ ਬਾਈ ਦੋਜ਼ ਹੂ ਨਿਊ ਹਿਮ, those who had worked with him, had the opportunity to do community work with him. Then we get an opportunity to listen to our youth. Often when community is gathered, our youth don't really hear their voice. Their voice is not uplifted. It's sort of drowned out in the crowd. So this is an opportunity for us to hear from some of our youth leaders about how this incident has affected them. Then we will hear from our local law enforcement, and finally community members will have the chance to share their thoughts as well. And before we begin, I just respectfully ask everyone to silence their phones or put their phones, turn them off, so that we can respect our speakers. And then after everyone has spoken, then we will do our candlelight vigil, our moment of silence, and then our final prayer. ਪਹਿਲਾਂ ਮੈਂ ਇੰਟਰੋਡਿਊਸ ਕਰਨਾ ਚਾਹੁੰਦਾ ਹਾਂ ਸੁਖਜਿੰਦਰ ਸਿੰਘ ਧਾਲੀਵਾਲ। ਸੁਖਜਿੰਦਰ ਸਿੰਘ ਜੀ ਸੰਦੀਪ ਸਿੰਘ ਧਾਲੀਵਾਲ ਦੇ ਸੇਮ ਪਿੰਡ ਤੋਂ ਪੈਦਾ ਹੋਏ ਨੇ, ਸੇਮ ਪਿੰਡ ਵਿੱਚ ਗਰੋ ਅਪ ਹੋਏ, ਇੱਕੋ ਹੀ ਸਕੂਲ ਪੜ੍ਹਦੇ ਹੁੰਦੇ ਸੀ, ਅਤੇ ਉਹ ਪਹਿਲਾਂ ਤੋਂ ਜਾਣਦੇ ਹਨ। ਸੋ ਪਹਿਲਾਂ ਅਸੀਂ ਉਹਨਾਂ ਤੋਂ ਸੁਣੀਏ ਵੀ ਪਹਿਲਾਂ ਉਹਨਾਂ ਦੀ ਕਿਸ ਤਰ੍ਹਾਂ ਦੀ ਲਾਈਫ ਸੀ। ਸੋ ਫਸਟ ਆਈ ਵਾਂਟ ਟੂ ਇੰਟਰੋਡਿਊਸ ਸੁਖਜਿੰਦਰ ਸਿੰਘ ਧਾਲੀਵਾਲ, ਹੂ was born in and grew up in the same village as Sandeep Singh Dhaliwal. And so let's learn about their life together during that time. Vaheguru Ji ka khalsa, Sri Vaheguru Ji ki fateh. Mera naam Sukhjinder Singh Dhaliwal hai ji. Main pind Dhaliwal Bhet jila Kapoorthala da rehne wala haan. Sandeep Singh Dhaliwal mere pind da rehne wala si, te main te Sandeep Singh bachpan to ikatthe pind de galiyan te schoolan de vich ਇਕੱਠੇ ਪੜ੍ਹੇ ਹਾਂ। ਅਸੀਂ ਆਪਣੇ ਭਰਾ ਨੂੰ ਛੋਟੇ ਹੁੰਦਿਆਂ ਵਿੱਕੀ ਦੇ ਨਾਮ ਨਾਲ ਜਾਣਦੇ ਸਾਂ। ਬਹੁਤ ਸਾਲਾਂ ਬਾਅਦ ਪਤਾ ਲੱਗਾ ਕਿ ਵਿੱਕੀ ਟੈਕਸਸ ਦੇ ਵਿੱਚ ਡੈਪਟੀ ਸ਼ੈਫ ਪੋਸਟ 'ਤੇ ਲੱਗਾ ਹੋਇਆ ਹੈ, ਅਤੇ ਇੱਕ ਵਾਰ ਫੇਸਬੁੱਕ ਫ੍ਰੈਂਡ ਬਣ ਗਿਆ। ਫੇਸਬੁੱਕ ਫ੍ਰੈਂਡ ਬਣਨ ਤੋਂ ਬਾਅਦ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ, ਜੋ ਇਕੱਲਾ ਹੀ ਇੱਕ ਬੰਦਾ ਟੈਕਸਸ ਵਰਗੀ ਸਟੇਟ ਵਿੱਚ ਰਹਿ ਕੇ ਆਪਣੀ ਪਹਿਚਾਣ ਨੂੰ ਕਮਿਊਨਿਟੀ ਵਿੱਚ ਵਾਰ ਸਕਦਾ ਹੈ, ਬਰਕਰਾਰ ਰੱਖ ਸਕਦਾ ਹੈ, ਅਤੇ ਆਪਾਂ ਨੂੰ ਵੀ ਜ਼ਰੂਰ ਇਸ ਰਾਹ ਵੱਲ ਤੁਰਨਾ ਚਾਹੀਦਾ ਹੈ। ਇੱਕ ਵਾਰ ਸੋਚ ਕੇ ਦੇਖੋ ਇਸ ਕੰਮ ਵਿੱਚ ਉਸਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਇਆ ਹੋਵੇਗਾ। ਬਹੁਤ ਰੇਸਿਸਟ ਪੀਪਲ ਨੇ ਵਿਰੋਧ ਵੀ ਕੀਤਾ ਹੋਣਾ ਆ ਉਸਦਾ, ਪਰ ਉਸਨੇ ਇਸਦੇ ਵਿੱਚ ਕੋਈ ਵੀ ਰੋਜ਼ ਦੇਖਦੇ ਹਾਂ ਬਹੁਤ ਪ੍ਰਚਾਰਕ ਹਰ ਰੋਜ਼ ਕਿੰਨੇ ਪ੍ਰਚਾਰ ਕਰਦੇ ਹਨ, ਬਹੁਤ ਚੰਗੀ ਗੱਲ ਹੈ, ਪਰ ਉਸ ਬੰਦੇ ਨੇ ਸਿੱਖ ਰਿਲੀਜਨ ਦਾ ਪ੍ਰਚਾਰ ਕਰਨ ਦਾ ਤਰੀਕਾ ਲੋਕਾਂ ਦੀ ਹੈਲਪ ਕਰਕੇ ਕੀਤਾ, ਜਿਸ ਨੂੰ ਰਹਿੰਦੀ ਦੁਨੀਆ ਤੱਕ ਪੂਰੇ ਵਰਲਡ ਵਿੱਚ ਜਾਣਿਆ ਜਾਵੇਗਾ। ਸ਼ਾਇਦ ਹੋਰ ਕੋਈ ਪ੍ਰਚਾਰਕ ਇੰਨੇ ਲੋਕਾਂ ਵਿੱਚ ਸਿੱਖ ਦੀ ਟਰਬਨ ਦੀ ਅਵੇਅਰਨੈਸ ਨਹੀਂ ਕਰ ਸਕਦਾ ਜੋ ਸੰਦੀਪ ਸਿੰਘ ਕਰ ਗਿਆ। ਉਹ ਗੋਰਿਆਂ ਦੇ ਵਿੱਚ ਦੱਸ ਗਿਆ ਪੱਗੜੀ ਬੰਨਣ ਵਾਲੇ ਸਿੱਖ ਹੁੰਦੇ ਹਨ, ਟੈਰੋਰਿਸਟ ਨਹੀਂ। ਸਾਨੂੰ ਬਹੁਤ ਮਾਣ ਹੈ ਉਸ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਐਗਜ਼ੈਂਪਲ ਸੈੱਟ ਕੀਤੀ ਆ ਸਾਡੇ ਸਾਰਿਆਂ ਦੇ। ਤੁਸੀਂ ਆਪਣੀ ਆਈਡੈਂਟੀ ਨੂੰ ਬਿਨਾਂ ਖਤਮ ਕੀਤੇ ਇਸ ਦੇਸ਼ ਲਈ ਬਹੁਤ ਕੁਛ ਕਰ ਸਕਦੇ ਹੋ, ਤਾਂ ਕਿ ਗੋਰੇ ਲੋਕ ਸਾਨੂੰ ਪਿਆਰ ਕਰਨ, ਨਫ਼ਰਤ ਨਾ ਦੇਖਣ। ਲਾਸਟ ਵਿੱਚ ਬਸ ਇੰਨਾ ਹੀ, ਥੈਂਕ ਯੂ।
ਨੈਕਸਟ ਮੈਂ ਇੰਟਰੋਡਿਊਸ ਕਰਨਾ ਚਾਹੁੰਦਾ ਸਤਨਾਮ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਟੈਕਸਸ ਵਿੱਚ ਯੂਸਟਨ ਜਦੋਂ ਹਰਕੇਨ ਹਾਰਵੀ ਦਾ ਹੜ੍ਹ ਆਇਆ ਸੀਗਾ ਉਦੋਂ ਅਸੀਂ ਉੱਥੋਂ ਯੂਬਾ ਸਿਟੀ ਤੋਂ ਕਈ ਟਰੱਕ ਗਏ ਸੀਗੇ ਉੱਥੇ ਸਪਲਾਈਜ਼ ਉੱਥੋਂ ਰਿਲੀਫ ਪਹੁੰਚਾਉਣ ਵਾਸਤੇ ਅਤੇ ਸਤਨਾਮ ਸਿੰਘ ਜੀ ਨੇ ਉਹਨਾਂ ਆਪਣਾ ਟਰੱਕ ਚਲਾਇਆ ਅਤੇ ਉੱਥੇ ਸੰਦੀਪ ਸਿੰਘ ਧਾਲੀਵਾਲ ਨੇ ਉਹਨਾਂ ਦੀ ਕਾਫੀ ਮਦਦ ਕੀਤੀ ਸੋ ਉਹਨਾਂ ਦੇ ਇਕੱਠੇ ਟਾਈਮ ਦਾ ਸੀ ਉਹਨਾਂ ਬਾਰੇ ਸੁਣਾਂਗੇ ਸੋ ਨੈਕਸਟ ਆਈ ਲਾਈਕ ਟੂ ਇੰਟਰੋਡਿਊਸ ਸਤਨਾਮ ਸਿੰਘ ਹੂ ਹੈਡ ਦਾ ਓਪਰਚੁਨਿਟੀ ਟੂ ਡਰਾਈਵ ਹਿਸ ਟਰੱਕ ਟੂ ਟੈਕਸਸ ਡਿਊਰਿੰਗ ਹਰਕੇਨ ਹਾਰਵੀ ਐਂਡ Sandeep Singh Dhaliwal helped immensely with the relief efforts. So they got an opportunity to work together during that tragic time. Wahiguru ji ka khalsa, Wahiguru ji ki fateh. Mainu pata jo time hai ikatthe par jab fateh bulaan ve sukho chana kar gaye fateh sanu badi mehngi mili hai. Te dobara pe dobara ਫਤਿਹ ਬੁਲਾਉਣ ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਪਹਿਲਾਂ ਮੈਂ ਸਾਰੇ ਆਪਣਾ ਧੰਨਵਾਦ ਕਰਦਾ ਹਾਂ ਮੈਨੂੰ ਬੜਾ ਮਾਣ ਹੈ ਕਿ ਮੈਂ ਸੋ ਯੋਧੇ ਨਾਲ ਥੋੜ੍ਹੇ ਦਿਨ ਬਤੀਤ ਕੀਤੇ ਜਿਸ ਤਰ੍ਹਾਂ ਗੁਰਬਾਣੀ ਦੇਹ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਨਾ ਟਰੂੰ ਜਾਏ ਲਓ ਨਿਸ਼ਚੇ ਕਰ ਆਪਣੀ ਜੀਤ ਕਰੋ ਮਾਫ਼ ਕਰਨ ਦੇ ਥੋੜ੍ਹਾ ਕਿਉਂਕਿ ਜਦੋਂ ਉਹਨਾਂ ਦਾ ਚਿੱਤ ਲੱਗਦਾ ਤਾਂ ਮਨ ਭਰ ਜਾਂਦਾ ਹੈ ਅਤੇ ਉਹਨੀ ਮਤਲਬ ਜੋ ਉਹਨਾਂ ਨਿਸ਼ਚਾ ਨੇ ਨਿਸ਼ਾਨਾ ਸੀ ਉਹਨੂੰ ਪੂਰਾ ਕੀਤਾ ਉਹ ਪਹੁੰਚੇ ਹਨ ਜਦੋਂ 2017 ਵਿੱਚ ਹਰਕੇਨ ਹਾਰਵੀ ਲਿਸਟ ਵਿੱਚ ਆਇਆ ਅਤੇ ਉਹਨਾਂ ਨੇ ਅਪਰੋਚ ਕੀਤੀ ਪੰਜਾਬੀ ਜਿਹੜੇ USA ਦੇ ਨਾਲ ਅਤੇ ਉੱਥੇ ਜੋ ਮਤਲਬ ਵਾਪਰਿਆ ਬੜਾ ਉਹ ਔਖੀ ਬੜੀ ਘੜੀ ਔਖੀ ਸੀ ਮੈਂ ਅੱਖੀ ਦੇਖ ਕੇ ਆਇਆ ਉਹ ਨਜ਼ਾਰਾ ਦੇਖ ਨਹੀਂ ਸੀ ਹੋ ਰਿਹਾ ਅਤੇ ਪੰਜਾਬੀ ਜਿਹੜੇ USA ਨੇ ਸਾਰੇ ਮੈਸੇਜ ਪਹੁੰਚਾਇਆ ਸਾਰੇ ਦੁਨੀਆ ਵਿੱਚ ਕਿ ਉੱਥੇ ਮਦਦ ਦੀ ਲੋੜ ਹੈ ਅਤੇ ਉਹਨਾਂ ਦਾ ਨੰਬਰ ਅਸੀਂ ਸੰਜੀਵ ਧਾਲੀਵਾਲ ਤੋਂ ਲੈ ਕੇ ਉਹਨਾਂ ਕੰਟੈਕਟ ਕੀਤਾ ਉਹਨੂੰ ਪੁੱਛਿਆ ਵੀ ਤੁਹਾਨੂੰ ਕਿਸ ਤਰ੍ਹਾਂ ਮਦਦ ਚਾਹੀਦੀ ਹੈ ਅਤੇ ਆ ਕੇ ਇੱਥੇ ਕਮਿਊਨਿਟੀ ਨਾਲ ਸਾਂਝੇ ਵਿਚਾਰ ਕੀਤੇ ਮੈਂ ਧੰਨਵਾਦ ਕਰਦਾ ਉਸ ਸਮੇਂ ਆਪਣੀ ਕਮਿਊਨਿਟੀ ਬੜੇ ਇਕੱਠੇ ਹੋ ਕੇ ਅਤੇ ਬੜਾ ਆਪਣਾ ਯੋਗਦਾਨ ਪਾਇਆ ਅਤੇ ਇੱਥੋਂ 3 ਟਰੱਕ ਭਰ ਕੇ ਟੈਕਸਸ ਨੂੰ ਗਏ ਭੇਜੇ ਪਹਿਲਾ ਟਰੱਕ ਮੈਂ ਆਪਣਾ ਖੁਦ ਡਰਾਈਵ ਕਰਕੇ ਲੈ ਕੇ ਆ ਜਦੋਂ ਮੈਂ ਟੈਕਸਸ ਦੇ ਬਾਅਦ ਪਹੁੰਚਿਆ ਉੱਥੋਂ ਹਿਊਸਟਨ ਤੋਂ ਕੋਈ ਕਾਫੀ ਦੂਰ ਤੋਂ ਪਹਿਲਾਂ ਮੈਂ ਉਹਨੂੰ ਕਹਿੰਦੇ ਸੀ ਮੈਨੂੰ ਫੋਨ ਕਰਦੇ ਮੈਂ ਫੋਨ ਕੀਤਾ ਤਾਂ ਉਹਨੇ ਆ ਕੇ ਮੈਨੂੰ ਉਹ ਪਹਿਲੇ ਪਰਸਨ ਜੀ ਨੇ ਮੈਨੂੰ ਰਿਸੀਵ ਕੀਤਾ ਮੈਨੂੰ ਸਕੋਰਟ ਕੀਤਾ ਅਤੇ ਜਿੱਥੇ ਲੈ ਕੇ ਜਾਣਾ ਵੀ ਗਏ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਰਾਹ ਦਾ ਵੀ ਨਹੀਂ ਪਤਾ ਹੈ ਜ਼ਿਆਦਾ ਵੀ ਕਈ 1-way ਸਟ੍ਰੀਟ ਹੈ ਉਹਨੇ ਮੈਨੂੰ ਇਹੀ ਕਿਹਾ ਵੀ ਘਬਰਾਉਣ ਦੀ ਕੋਈ ਗੱਲ ਨਹੀਂ ਤੈਨੂੰ ਕੋਈ ਵੀ ਰੋਕਦਾ ਨਹੀਂ ਮੈਂ ਨਾਲ ਹਾਂ ਤੇਰੇ ਮੈਂ ਉਹਨੂੰ ਫੋਲੋ ਕਰਦਾ ਰਿਹਾ ਇੱਦਾਂ ਦਾ ਮਹਾਨ ਯੋਧਾ ਮੇਰਾ ਖਿਆਲ ਵੀ ਕੋਈ 100 ਸਾਲ ਵੀ ਕੋਸ਼ਿਸ਼ ਕਰੇ ਵੀ ਜਿਹੜਾ ਉਹ ਥੋੜ੍ਹੇ ਸਮੇਂ 'ਚ ਕਰ ਗਿਆ ਅਤੇ ਮੇਰਾ ਖਿਆਲ ਵੀ ਬੜਾ ਅਚੰਭੇ ਦੀ ਗੱਲ ਹੈ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਬੜੇ ਸ਼ਹੀਦ ਹੁੰਦੇ ਹਨ ਲੇਕਿਨ ਜੋ ਸੰਜੀਵ ਸਿੰਘ ਧਾਲੀਵਾਲ ਉਹਨੇ ਸ਼ਹੀਦੀ ਪਾਈ ਹੈ ਪੂਰੀ ਦੁਨੀਆ ਦੇ ਵਿੱਚ ਸਾਨੂੰ ਸਾਡੀ ਆਇਡੈਂਟੀ ਉਹਨੇ ਸ਼ੋਅ ਕਰ ਦਿੱਤੀ ਵੀ ਅਸੀਂ ਕੌਣ ਹਾਂ ਜਦੋਂ ਉੱਥੇ ਗਿਆ ਤਾਂ ਉਹਨੇ ਵੱਲ ਆਪਣੀ ਡਿਊਟੀ ਵੀ ਪੂਰੀ ਕਰਦੇ ਉਹ ਡਿਊਟੀ ਦੇ ਨਾਲ ਨਾਲ ਜੋ ਸਮਾਜ ਸੇਵਾ ਜੋ ਉਹਨੇ ਕੀਤੀ ਉਹ ਨਾ ਭੁੱਲਣ ਯੋਗ ਹੈ ਸਵੇਰ ਤੜਕੇ ਅਤੇ ਉੱਥੇ ਆਇਆ ਵੀ ਡਿਊਟੀ ਵਰਦੀ ਪਾ ਕੇ ਗੱਡੀ ਵਿੱਚ ਆਉਂਦੇ ਅਤੇ ਉੱਥੇ ਗੁਰਦੁਆਰਾ ਜਿੱਥੇ ਸਾਰਾ ਸਮਾਨ ਲੈ ਕੇ ਜਾਂਦੇ ਉੱਥੇ ਆਪ ਹੱਥੀ ਲੋਡ ਕਰਦੇ ਸਨ ਨਾਲ ਘੁਲਾਉਂਦੇ ਸਨ ਜਿੱਥੇ ਲੈ ਕੇ ਜਾਂ ਸਪੋਰਟ ਕਰਕੇ ਉੱਥੇ ਹੱਥੀ ਸਮਾਨ ਲਾ ਕੇ ਆਉਂਦੇ ਸਨ ਅਤੇ ਜਿੱਥੇ ਵੀ